ਰਾਮ ਨਹੀਂ ਕਹਿੰਦਾ ਸਾਰੇ ਹੁਕਮ ਕਰ। ਇਹ ਉਸ ਜ਼ਮਾਨੇ ਦਾ ਮੇਰੇ ਜ਼ਹਿਨ 'ਚੋਂ ਹੱਲ ਮੌਜੂਦ ਆ ਕਿ ਬਿਲਕੁਲ ਅਲ ਮੁਸਤਦਾਦ ਉਲ ਹਕੀਰ ਜਿਹੜੀ ਗੱਲ ਲਿਖੀ ਉਸੂਲ ਦੀ ਗੱਲ ਆ, ਮੈਂ ਜਦੋਂ ਤੁਸੀਂ ਹੋਰ ਕਹਾ ਸਾਰੇ ਕੰਮ ਉਸ ਜਮਾਤ ਨਾਲ ਰਲ ਕੇ ਕਰ ਰਿਹਾ, ਇਹ ਕੀ ਗੱਲ ਹੋਊਗੀ ਅਬਦੁਲ ਰਸੂਲ ਤੱਕ ਪੜ੍ਹਨਾ ਤਾਂ ਅੱਗੇ ਨਹੀਂ ਪੜ੍ਹਨਾ? ਨਹੀਂ, ਇਹ ਤੋਂ ਅੱਗੇ ਵੀ ਦਰੂਦ ਸ਼ਰੀਫ ਪੜ੍ਹ, ਦੁਆਵਾਂ ਵੀ ਜਿੰਨੀਆਂ ਮਰਜ਼ੀ ਕਰ, ਸਿਰਫ ਇਹ ਕੰਮ ਹੈ ਵਿਚਾਰੀ ਅਜੇ ਕੁਛ ਨਮਾਜ਼ ਬਾਕੀ ਹੈ, ਸਲਾਮ ਨਾ ਕਹੀਂ, ਉਹ ਸਲਾਮ ਕਹਿਣ ਤੂੰ ਸਲਾਮ ਨਹੀਂ ਕਹਿਣਾ, ਬਾਕੀ ਸਾਰੀ ਗੱਲ ਕਰਨੀ। ਇੱਕ ਤਾਂ ਆਹ ਸਵਾਲ ਸੀ ਜਿਹੜਾ ਦੋਸਤ ਨੇ ਪੁੱਛਿਆ ਔਰ ਬਾਕੀ ਜ਼ਰੂਰਤ ਵੀ ਛਾਇਆ, ਤੁਹਾਡੀ ਖਿਦਮਤ ਅਰਜ਼ ਕਰਦਾ ਮੈਂ ਆਪਣੇ ਉਸਤਾਦ ਲਈ ਵੀ ਔਰ ਇਸ ਤਰ੍ਹਾਂ ਦੇ ਸਾਰੇ ਬਜ਼ੁਰਗਾਂ ਲਈ, ਭਾਵੇਂ ਉਹ ਦੁਨਿਆਵੀ ਤਾਲੀਮ ਵਾਲੇ ਉਸਤਾਦ ਸੀ ਭਾਵੇਂ ਉਹ ਦੀਨੀ ਸੀ, ਸਭ ਲਈ ਦੁਆ ਕਰਦਾ ਵੀ ਭਾਵੇਂ ਕਿਸੇ ਅਲਗ ਪੜ੍ਹਾਇਆ ਉਹ ਪਹਿਲੀ ਜਮਾਤ ਦਾ ਉਹਦੇ 'ਤੇ ਵੀ ਅੱਲਾ ਰਹਿਮਤ ਕਰੇ, ਔਰ ਅਸਾਤਜ਼ਾ ਦਾ ਬੇਅਦਬ ਕੁਛ ਵੀ ਨਹੀਂ ਸਿੱਖ ਸਕਦਾ। ਇਸ ਤੋਂ ਇਮਾਮ ਸ਼ਾਫੀ ਰਹਿਮਤੁੱਲਾਹ ਅਲੈਹ ਨੇ ਕਦੀ ਵੀ ਵਕੀਲ ਦੇ ਸਾਹਮਣੇ ਕਿਤਾਬ ਦਾ ਵਰਕ ਨਹੀਂ ਥੱਲੇ, ਐਂ ਵਰਕਾ ਨਹੀਂ ਥੱਲਿਆ ਵੀ ਆਵਾਜ਼ ਨਾ ਆਵੇ ਉਸਤਾਦ ਜਿਹੜਾ ਯਾਦ ਸਰਬ ਨਾ ਹੋਵੇ, ਇੰਨਾ ਅਦਬ ਕੀਤਾ ਦਿੱਤਾ ਦੁਨੀਆ 'ਚ ਇਮਾਮ ਇਹ ਲੋਕ ਬਣੇ। ਬੇਅਦਮਾ ਮਕਸੂਦ ਨਾ ਹਾਸਲ ਨਾ ਦਰਗਾਹ ਢੋਈ, ਬੇਅਦਬ ਨੂੰ ਕੁਛ ਨਹੀਂ ਮਿਲਦਾ, ਉਸਤਾਦ ਦਾ ਜਦ ਮਿਲਾ ਹੋ ਜਾਂਦਾ ਉਹਨੇ ਉਹਨੂੰ ਦੱਸਣਾ ਕੀ, ਉਹ ਫਿਰ ਨਿਗਲੈਕਟ ਕਰ ਦਿੰਦਾ ਵੀ ਆਉਂਦਾ ਕਲਾਸ ਜਾਂ ਨਹੀਂ ਆਉਂਦਾ, ਯਾਰ ਮੈਂ ਦਿਲ ਕਦੀ ਤੁਹਾਨੂੰ ਕਰਨੀ ਜਦੋਂ ਇਹ ਮੇਰੀ ਇੱਜ਼ਤ ਹੀ ਨਹੀਂ ਕਰਦਾ, ਬਹੁਤ ਬੜਾ ਆਪਣੇ ਸਾਹਮਣੇ ਨਾ ਹਿਜਾਬ ਔਰ ਰੁਕਾਵਟ ਖੜੀ ਕਰ ਦਿੰਦਾ ਵੀ ਹੁਣ ਫੈਦ ਕਾਹਦੇ ਨਾਲ ਆਵੇ, ਉਹ ਕੁਨੈਕਸ਼ਨ ਹੀ ਟੁੱਟ ਗਿਆ ਉਸਤਾਦ ਦਾ, ਤੇਰੇ ਨਾਲ ਹੁਣ ਦਿਲੀ ਪਿਆਰ ਹੀ ਕੋਈ ਨਹੀਂ ਰਿਹਾ, ਕੀ ਲੱਭਣਾ ਤੈਨੂੰ। ਇੱਕ ਤਾਂ ਇਹ ਮਸਲਾ ਸੀ ਕਿ ਜਿਹਦੀਆਂ ਕੁਛ ਰਕਤਾਂ ਰਹਿੰਦੀਆਂ ਵੀ ਉਹਨਾਂ ਫਿਕਰ ਨਾ ਕਰੇ, ਜਦੋਂ ਇਮਾਮ ਦੇ ਨਾਲ ਉਹ ਆਖਰੀ ਅੱਤਾ ਯਾਦ ਬਹਿੰਦਾ ਜਿਹੜੀ ਉਹਨਾਂ ਦੀ ਆਖਰੀ ਇਹਦੀ ਤਾਂ ਜੇ ਰਹਿੰਦੀ, ਇਹ ਉਹਨਾਂ ਨਾਲ ਸਭ ਕੁਛ ਉਹ ਪੜ੍ਹੇ ਜਿਹੜਾ ਜਮਾਤ ਪੜ੍ਹਦੀ ਹੈ, ਅੱਤਾ ਹਯਾਤ ਵੀ ਪੜ੍ਹੇ, ਦਰੂਸ਼ ਵੀ ਪੜ੍ਹੇ, ਦੁਆ ਵੀ ਪੜ੍ਹੇ। ਇਹਦੇ ਨਾਲ ਲੱਗਦਾ ਇਹ ਵੀ ਹੈ ਵੀ ਮੇਰਾ ਵੀ ਇਕੱਲਾ ਕੋਈ ਪੜ੍ਹੇ ਜਾਂ ਕੋਈ ਹੋਰ ਜਮਾਤੀ ਹੋਏ ਤਾਂ ਆਮ ਤੌਰ 'ਤੇ ਇਮਾਮ ਬੋਨੀ ਫਰ ਇਮਾਮ ਆਉਂਦੇ ਸਿਰਫ ਅਬਦੁਲ ਰਸੂਲ ਪੜ੍ਹ ਕੇ ਉੱਠ ਜਾਏ, ਪੜ੍ਹਦੇ ਵੀ ਹੈ ਲੋਕ ਇੰਨਾ ਹੀ, ਕੋਈ ਹਰਜ ਨਹੀਂ, ਇਹ ਵੀ ਠੀਕ ਹੈ। ਮਗਰ ਅਗਰ ਉਹ ਦਰੂਸ਼ ਸ਼ਰੀਫ ਪੜ੍ਹੇ ਨਾ ਜਾਣ ਬੁੱਝ ਕੇ ਵੀ, ਸੁਣ ਲਓ ਗੱਲ ਜਿਹਨੂੰ ਵਜ਼ੀਰ ਇਬਨੇ ਹੁਬੈਰਾ ਨੇ ਲਿਖਿਆ ਅਲੈਹਿ ਸਲਾਮ, ਮੈਨੂੰ ਇਹੋ ਪਸੰਦ ਹੈ ਜੋ ਇਮਾਮ ਮੁਹੰਮਦ ਅਰ ਸ਼ਾਫੀ ਆਉਂਦਾ, ਕੁਝ ਨਬੀ ਪਾਕ ਨੇ ਫਰਕ ਨਹੀਂ ਕੀਤਾ ਬਿਆ ਸੱਤਾ ਯਾਦ ਪੜ੍ਹੋ ਚਾਹੇ ਸੁਣੋ, ਕੋਈ ਨਹੀਂ, ਇਹੀ ਕਿਹਾ ਜਦ ਤੂੰ ਬੈਠੇ ਇਸ ਤੋਂ ਜਦੋਂ ਤੁਸੀਂ ਸ਼ਬਦ ਬਹਿਣਾ ਦਰੂਦ ਪੜ੍ਹ। ਇਸ ਤੋਂ ਮੇਰਾ ਕਹਿਣਾ ਹੈ ਵੀ ਆਮ ਵੀ ਤੁਸੀਂ ਪੜ੍ਹੋ, ਵੈਸੇ ਦੱਸਦਾ ਕਿ ਅਬਦੁਲ ਰਸੂਲ ਤੋਂ ਉੱਠ ਜਾਓ ਤਾਂ ਨਮਾਜ਼ ਠੀਕ ਹੈ, ਐਡੀ ਕੋਈ ਗੱਲ ਨਹੀਂ, ਮਗਰ ਅਗਰ ਪੜ੍ਹੋ ਤਾਂ ਚੰਗੀ ਗੱਲ, ਵਿਚਕਾਰ ਲੈ ਤਾ ਯਾਦ ਦੀ ਦਰੂਸ਼ ਦੁਆ ਪੜ੍ਹ ਲਿਆ ਕਰੋ। ਰਸੂਲ ਕਰੀਮ ਅਲੈਹਿ ਸਲਾਮ ਦਾ ਵੀ ਤਹਜੁਦ ਦੀ ਨਮਾਜ਼ ਦਾ ਖਾਸ ਤੌਰ 'ਤੇ ਹੁੰਦਾ, ਜਦੋਂ ਆਪ ਨੌਵਾਂ ਪਿੱਤਰ ਇਕੱਠੇ ਪੜ੍ਹਦੇ ਸੀ ਕਿਤੇ ਨਹੀਂ ਸੀ ਬਹਿੰਦੇ, ਇੱਕੋ ਸਲਾਮ ਨਾਲ ਨੌ ਪੜ੍ਹਨੇ ਪੜ੍ਹ ਪੜ੍ਹ ਕੇ ਉੱਠਦੇ ਜਾਂਦੇ ਸੀ, ਸਿਰਫ ਅੱਠਵੀਂ 'ਚ ਬਹਿੰਦੇ ਸੀ, ਅੱਠਵੀਂ 'ਚ ਬਹਿ ਕੇ ਫਿਰ ਦਰੂ ਸ਼ਰੀਫ ਅੱਤਾ ਯਾਦ ਦੁਆਵਾਂ ਸਭ ਪੜ੍ਹਦੇ ਸੀ, ਸਲਾਮ ਨਹੀਂ ਸੀ ਕਿਹਾ, ਫਿਰ ਉੱਠ ਕੇ ਨੌਵੀਂ ਵੀ ਨਾਲ ਮਿਲਾ ਕੇ ਉਹਦੇ ਕਨੂਤ ਪੜ੍ਹ ਕੇ ਬਹਿ ਗਏ, ਨੌ ਇੱਦਾਂ ਪੜ੍ਹਦੀ, ਉੱਥੇ ਅੱਠਵੀਂ 'ਚ ਆਉਂਦਾ ਕਿ ਦਰੂ ਸ਼ਰੀਫ ਆਪ ਪੜ੍ਹ। ਔਰ ਜਿਹੜਾ ਮੈਂ ਹੁਬੈਰਾ ਦਾ ਹਵਾਲਾ ਦਿੱਤਾ, ਜ਼ਰਾ ਆਪਣਾ ਇਮਾਨ ਤਾਜ਼ਾ ਕਰਨ ਲਈ ਤੁਹਾਡਾ ਵੀ ਅਰਜ਼ ਕਰਾਂ, ਵੀ ਇੱਕ ਬਿਲਕੁਲ ਗਰੀਬ ਆਦਮੀ ਸੀ, ਮਗਰ ਆਪਣੇ ਇਲਮ ਦੀ ਬਰਕਤ ਨਾਲ ਤਰੱਕੀ ਰੱਬ ਨੇ ਦਿੱਤੀ ਅਤੇ ਫਿਰ ਅੱਬਾਸੀ ਸਲਤਨਤ ਦਾ ਵਜ਼ੀਰ ਆਜ਼ਮ ਹੋ ਗਿਆ, ਇੰਨਾ ਅੱਗੇ ਨਿਕਲ ਗਿਆ ਗਰੀਬ ਵੀ ਵਜ਼ੀਰ ਆਜ਼ਮ ਹੋਇਆ, ਆਲਮ ਬੜਾ ਸੀ, ਦੁਨੀਆ ਫਿਰ ਆਉਂਦੀ ਆਲਮ ਆਉਂਦੇ ਦਰਸ ਵੀ ਜਾਂਦਾ ਵਜ਼ਾਰਤ 'ਤੇ ਉਸਮਾਨ ਦੇ ਬਾਵਜੂਦ। ਇਹ ਕਿਤਾਬ ਬੜੀ ਅਲਿਫ ਸਾ ਫੀ ਮਾਨ ਸਿਹਾ, ਦੋ ਜਿਲਦਾਂ 'ਚ, ਇਹ ਦੋ ਜਿਲਦਾਂ 'ਚ ਬੰਦਾ ਰੱਖ ਲੈਣਾ, ਫਿਕਰ ਦੀ ਕਿਤਾਬਾਂ ਸਾਰੀਆਂ ਪੜ੍ਹਨ ਦੀ ਲੋੜ ਨਹੀਂ, ਚਾਰੇ ਇਮਾਮ ਜੋ ਕੁਛ ਆਉਂਦੇ ਉਹ ਕਿਹੜੀ ਗੱਲ 'ਤੇ ਮੁਤਫਿਕ ਆ, ਜਿਹੜਾ ਹੈਡਿੰਗ ਉਹਨੇ ਲਿਖਣਾ ਕਿਹਾ ਤੇ ਸਾਰੇ ਇਤਫਾਕ, ਆਹ ਇਹਨਾਂ ਦੀ ਮੁਤਫਿਕ ਆ ਗੱਲ, ਅੱਗੇ ਆ ਜਾਣਾ ਕਿ ਇਹਨਾਂ ਦਾ ਇਖਤਲਾਫ ਕੀ ਹੈ, ਕਿਹੜੇ ਕਿਹੜੇ ਮਸਲੇ 'ਚ ਕੀ ਆਉਂਦੇ, ਛੋਟੀ ਦੋ ਜਿਲਦਾਂ ਹੀ ਹਜ਼ਾਰਾਂ ਕਿਤਾਬਾਂ 'ਤੇ ਪਾ ਰਹੀ, ਔਰ ਲਿਖੀ ਵੀ ਆਉਂਦਾ ਇਸ ਤੋਂ ਜਦੋਂ ਮੈਂ ਬੁਖਾਰੀ ਸ਼ਰੀਫ ਦੀ ਸ਼ਰ੍ਹਾ ਸ਼ੁਰੂ ਕੀਤੀ, ਸ਼ਰ੍ਹਾ ਬੁਖਾਰੀ ਸ਼ਰੀਫ ਦੀ ਲਿਖਣੀ ਸ਼ੁਰੂ ਕੀਤੀ, ਵਜ਼ੀਰ ਆਜ਼ਮ ਨੇ, ਇਹਨਾਂ ਨੂੰ ਉਂਝ ਨਹੀਂ ਪਤਾ ਬੁਖਾਰੀ ਕੀ ਸੀ, ਕਿਹਨੇ ਲਿਖਿਆ, ਜਿਹੜੇ ਹੁਣ ਸਾਡੇ ਹੁਕਮਰਾਨ ਰਾਏ ਆਜ਼ਮ ਨਾ ਵਜ਼ੀਰ ਤਾਲੀਮ ਨੂੰ ਆਖਿਆ ਸੀ ਕੁਰਾਨ ਦੇ 40 ਪਾਰੇ, ਆਹ ਪਿਛਲੇ ਦਿਨਾਂ 'ਚ ਹੀ ਹੋਇਆ, ਐਡੇ ਜਾਹਲ 'ਚ ਬੇਰਮ ਜਿਹੜੇ ਮੁਸਲਮਾਨ ਦੀ ਕਿਸਮਤ ਜਿਹੜੇ ਇਹੋ ਜਿਹੇ ਹੱਥਾਂ 'ਚ ਚਲੀ ਜਾਏ ਫਿਰ ਡੁੱਬਣਾ ਹੀ ਹੁੰਦਾ ਨਾ ਬੇੜਾ, ਮਗਰ ਉਹ ਵਜ਼ੀਰ ਆਜ਼ਮ ਬੁਖਾਰੀ ਸ਼ਰੀਫ ਦੀ ਸ਼ਰ੍ਹਾਂ 'ਤੇ ਲਿਖਦਿਆਂ ਲਿਖਦਿਆਂ ਜਦੋਂ ਇਸ ਹਦੀਸ ਪਾਕ 'ਤੇ ਪਹੁੰਚਾ, ਮੈਂ ਔਰੇ ਦਿਲਾ ਬੇ ਖੈਰ ਫੱਕੇ ਹੋ ਫਿਰਦੀ, ਸਈਦ ਕਾਇਨਾਤ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਜਿਸ ਬੰਦੇ ਦੇ ਹੱਕ 'ਚ ਅੱਲਾ ਦਾ ਇਰਾਦਾ ਅੱਛਾ ਹੁੰਦਾ, ਰੱਬ ਉੱਤੇ ਫਜ਼ਲ ਕਰਨਾ ਚਾਹੁੰਦਾ, ਉਹਨੂੰ ਦੀਨ ਦੀ ਸਮਝ ਦਿੰਦਾ, ਇਹ ਇਨਾਮ ਹੁੰਦਾ ਉੱਤੇ ਕਿ ਉਹ ਦੀਨ ਪਹਿਲਾਂ ਉਹਨੂੰ ਸਮਝ ਲਈ ਦਿੰਦਾ, ਫਿਰ ਗਾਂ ਸਾਰੀਆਂ ਬਰਕਤਾਂ ਆ ਜਾਣੀ। ਇਹ ਲਫਜ਼ ਆ ਗਿਆ ਫੱਕੇ ਹੋ ਫਿਰ ਦੀਨ, ਕਿ ਅੱਲਾ ਉਸਕੋ ਦੀਨ ਕੀ ਸਮਝ ਦਿੱਤਾ, ਫਿਕਾ ਦੀਨ ਨੂੰ ਆਉਂਦੇ, ਇਹ ਫਿਰ ਇੱਧਰ ਲੱਗ ਗਿਆ ਵੀ ਚਾਰੇ ਇਮਾਮ ਜਿਹੜੇ ਫਿਕਾ ਦੇ ਕਿਹੜੀਆਂ ਗੱਲਾਂ 'ਤੇ ਮੁਤਫਿਕ, ਕਿਤਾਬ ਬਣਾ ਦਿੱਤੀ ਅਲ ਇਫਸਾ ਫੀ ਮਾਨ ਇਸਿਹਾ, ਦੋ ਜਿਲਦਾਂ ਅਖੀਰ ਕਰ ਛੱਡੀ ਉਹਨੇ। ਹੁਣ ਜਿਹੜਾ ਕਿੱਸਾ ਸੁਣਾਉਣਾ ਹੈ ਵੀ ਵਜ਼ੀਰ ਆਜ਼ਮ ਇੱਕ ਦਿਨ ਬੈਠਾ ਸੀ ਅਤੇ ਪੁਲਿਸ ਇੱਕ ਮੁਜਰਮ ਨੂੰ ਲੈ ਆਈ ਵੀ ਇਹਨੇ ਕਤਲ ਕੀਤਾ, ਵਜ਼ੀਰ ਆਜ਼ਮ ਉਹਨਾਂ ਨੂੰ ਪੁੱਛਿਆ, ਉਹਨੇ ਕਿਹਾ ਮੈਂ ਕਤਲ ਕੀਤਾ, ਇਕਰਾਰ ਕੀਤਾ ਕਿ ਜਾਨ ਬੁੱਝ ਕੇ ਮਾਰਿਆ, ਹੁਣ ਸਜ਼ਾ ਮੌਤ ਸੀ। ਵਜ਼ੀਰ ਆਜ਼ਮ ਨੇ ਵਾਰਸਾਂ ਨੂੰ ਪੁੱਛਿਆ ਮਕਤੂਲ ਜਾਂ ਨੂੰ,
ਕਿੰਨੀ ਦੀਅਤ ਅਗਰ ਦਿੱਤੀ ਜਾਏ ਤੁਹਾਨੂੰ ਮੁਆਵਜ਼ਾ ਤਾਂ ਤੁਸੀਂ ਰਾਜ਼ੀ ਹੁੰਦੇ। ਮੁਜਰਮ ਨੇ ਨਹੀਂ ਆਖਿਆ, ਉਹਨਾਂ ਆਖਿਆ ਸਾਨੂੰ ਇੰਨੇ ਦੀਨਾਰ ਮਿਲ ਜਾਣ ਤਾਂ ਰਾਜ਼ੀ। ਇਹਨੇ ਇਬਨੇ ਹੁਬੈਰਾ ਦੇ ਪੱਲੇ ਉਹ ਦੀਨਾਰ ਕੱਢੇ, ਉਹਨਾਂ ਨੂੰ ਦੇਤੇ, ਆਖਿਆ ਇਹਨੂੰ ਮਾਫ਼ ਕਰ, ਉਹਨੂੰ ਛੱਡਦਾ ਚਲਾ ਗਿਆ। ਅਤੇ ਲੋਕਾਂ ਨੇ ਬਾਅਦ 'ਚ ਆਖਿਆ ਵੀ ਵਜ਼ੀਰ ਆਜ਼ਮ ਤੁਸੀਂ ਪੱਲੇ ਉਹਨੂੰ ਦਿੱਤਾ, ਔਰ ਉਹਨਾਂ ਨੇ ਕਿਹਾ ਵੀ ਨਹੀਂ ਸੀ ਵਾਰਸਾਂ ਨੇ, ਨਾ ਉਸ ਕਾਤਲ ਨੇ। ਫਰਮਾਇਆ ਤੁਹਾਨੂੰ ਕੀ ਪਤਾ, ਤੁਸੀਂ ਜਾਣਦੇ ਜੇ ਮੇਰੀ ਇੱਕ ਅੱਖ ਖਾਣੀ ਸੀ, ਹਾਲਾਂਕਿ ਕਿਸੇ ਨਹੀਂ ਸੀ ਇਲਮ ਅੱਖ ਵੇਖਣ ਨੂੰ ਠੀਕ ਹੀ। ਉਹਨਾਂ ਆਖਿਆ ਤੁਹਾਨੂੰ ਇਲਮ ਹੈ ਕਿ ਮੇਰੀ ਅੱਖ ਨਹੀਂ ਕੰਮ ਕਰਦੀ? ਉਹਨਾਂ ਆਖਿਆ ਨਹੀਂ, ਸਾਨੂੰ ਤਾਂ ਨਹੀਂ ਪਤਾ। ਫਿਰ ਮੈਂ ਹਾਂ, ਅੱਖ ਮੇਰੀ ਨਹੀਂ ਕੰਮ ਕਰਦੀ ਔਰ ਇਸ ਬੰਦੇ ਨੇ ਅੱਖ ਨੂੰ ਖਰਾਬ ਕੀਤਾ। ਇਹ ਜਿਹੜਾ ਕਾਤਲ ਸੀ ਨਾ, ਇਹ ਉਸੇ ਮੈਂ ਬੈਠਾ ਸੀ, ਪੜ੍ਹਦਾ ਸੀ ਚੱਲ ਮੈਨੂੰ, ਅਤੇ ਇਹਨੇ ਟੋਕਲਾ ਸਮਾਨ ਦਾ ਬਾਜ਼ਾਰੋਂ ਖਰੀਦਿਆ, ਮੈਨੂੰ ਆਉਂਦਾ ਚੁੱਕ ਅਤੇ ਨਾਲ ਤਕੱਬਰ ਲਾਈ ਤੇ ਛੜੀ ਮਾਰੀ ਮੈਂ, ਜਿਸ ਤੋਂ ਅੱਖ ਉਸ ਤਰ੍ਹਾਂ ਠੀਕ ਰਹੀ ਹੈ ਦਿਸਦਾ ਨਹੀਂ ਮੈਨੂੰ। ਇਹ ਹੁਣ ਜਦੋਂ ਆਇਆ ਤਾਂ ਮੈਂ ਉਸੇ ਸੋਚਿਆ, ਬਦਲਾ ਲੈਣਾ ਚਾਹੁੰਦਾ ਤਾਂ ਮੌਕਾ ਮੈਂ ਇਹਨੂੰ ਸਖ਼ਤ ਸਜ਼ਾ ਦਿੰਦਾ, ਮਗਰ ਮੈਂ ਆਪਣੇ ਰੱਬ ਦੇ ਅਹਿਸਾਨ ਪਰ ਉਹ ਚੁੱਕ ਗਿਆ। ਅਤੇ ਤੂੰ ਇੱਕ ਅਦਨਾ ਤਾਲਬ ਹੁੰਦਾ ਸੀ, ਇਹਨੂੰ ਟੋਕਰੀਆਂ ਲੋਕ ਚੁਕਾਉਣਾ ਚਾਹੁੰਦੇ ਤਾਂ ਮਾਰ ਪੈਂਦੀ ਸੀ, ਅਤੇ ਅੱਜ ਤੂੰ ਵਜ਼ੀਰ ਆਜ਼ਮ। ਇਸ ਤੋਂ ਅਗਰ ਇਹ ਬੰਦਾ ਆਇਆ ਤਾਂ ਹੁਣ ਇਸ ਖੁਦਾ ਦੀ ਨਿਮਤ ਦਾ ਸ਼ੁਕਰੀਆ ਆਇਆ ਅਤੇ ਤੂੰ ਅਹਿਸਾਨ ਕਰ ਇੱਥੇ, ਅਤੇ ਮਨ ਅਤੇ ਰੱਬ ਦਾ ਮੇਰੇ 'ਤੇ ਕਿੱਡਾ ਕਰਮ ਹੋਇਆ, ਮੈਨੂੰ ਕਿੱਥੋਂ ਚੁੱਕਿਆ, ਕਿੱਥੇ ਪਿਆ, ਪਰ ਲਿਆਉਂਦੀ ਹੈ ਦਿੱਤੀ। ਉਹਨੂੰ ਕੁਛ ਨਹੀਂ ਆਖਿਆ, ਔਰ ਬਾਅਦ 'ਚ ਲੋਕਾਂ ਨੂੰ ਦੱਸਿਆ ਮੇਰੀ ਤਾਂ ਅੱਖ ਹੀ ਹੈ, ਔਰ ਇਸ ਬੰਦੇ ਨੇ ਉਹ ਤਬਾਹ ਕੀਤੀ। ਇਹ ਇਬਨੇ ਹੁਬੈਰਾ ਦਰਮਿਆਨ 'ਚ ਗੱਲ ਆ ਗਈ, ਉਸ ਵੀ ਇਸ ਮਸਲੇ 'ਚ ਲਿਖਿਆ ਭਾਈ ਇਮਾਮ ਦੋਆਂ ਦੇ ਦਰੂਸ਼ ਦਰਮਿਆਨ 'ਚ ਨਾ ਪੜ੍ਹੋ ਅਤੇ ਦੋਆਂ ਦੇ ਪੜ੍ਹੋ, ਮੈਨੂੰ ਇਹੋ ਹੀ ਪਸੰਦ ਹੈ, ਦਰਮਿਆਨ 'ਚ ਵੀ ਪੜ੍ਹ, ਜ਼ਿਆਦਾ ਨਹੀਂ ਤਾਂ ਅੱਲਾ ਮਸੱਲੇ ਵਾਲਾ ਮੁਹੰਮਦ ਵਾਲਾ ਆਲੇ ਮੁਹੰਮਦ ਕਹਿ ਲਿਆ ਕਰੋ। ਕਿਉਂਕਿ ਕਈ ਹਨਫੀ ਆਲਮਾਂ ਵੀ ਕਿਹਾ ਯਾਰ ਜੇ ਇਖਤਲਾਫੀ ਗੱਲ 'ਚ ਇਮਾਮ ਸ਼ਾਫੀ ਸੱਚਾ ਨਿਕਲਿਆ ਕਿ ਪਹਿਲੇ 'ਚ ਵੀ ਦਰੂਸ਼ ਸ਼ਰੀਫ ਨਾ ਪੜ੍ਹਿਆ ਤੱਤਾ ਹਯਾਤ ਨਹੀਂ ਹੋਣੀ ਤਾਂ ਫਿਰ ਡੁੱਬ ਜਾਓਗੇ। ਇਸ ਤੋਂ ਚਲੋ ਜੇ ਨਹੀਂ ਵੀ ਤਾਂ ਕੀ ਹੋ ਜਾਣਾ, ਥੋੜ੍ਹਾ ਜਿਹਾ ਪੜ੍ਹ ਲਓ, ਜਾਨ ਛੁੱਟ ਜਾ, ਪੂਰਾ ਵੀ ਪੜ੍ਹ ਲਓ ਤਾਂ ਕੋਈ ਗੱਲ ਨਹੀਂ। ਇੱਕ ਮਸਲਾ ਤੇ ਤੱਤਾ ਹਯਾਤ ਜਿਹੜਾ ਹੈ, ਅਗਰ ਬਾਅਦ 'ਚ ਕੁਛ ਨਮਾਜ਼ ਰਹਿੰਦੀ ਵੀ ਆ, ਭਾਵੇਂ ਤੁਹਾਡੀ ਆਪਣੀ ਆ ਭਾਵੇਂ ਜਮਾਤ ਪੜ੍ਹੋ ਆ, ਅਤੇ ਉਹਦੇ 'ਚ ਦਰੂਜ ਸ਼ਰੀਫ ਦੁਆਵਾਂ ਸਾਹਿਬੀਆਂ ਪੜ੍ਹੀਆਂ। ਇਹ ਵੀ ਮਸਲਾ, ਕਿਉਂਕਿ ਆਮ ਲੋਕਾਂ ਦੇ ਇਲਮ 'ਚ ਨਹੀਂ, ਅਲ ਮੁਸਤਜ਼ਾਦ ਉਲ ਹਕੀਰ ਦੇ ਹਵਾਲੇ ਨੂੰ ਤੁਹਾਨੂੰ ਦੱਸ ਸਕਦਾ ਇਹ ਹੋਣਾ ਚਾਹੀਦਾ। ਦੂਸਰਾ ਮਸਲਾ ਮੇਰੇ ਅਜ਼ੀਜ਼ ਹੀ ਆ, ਇੱਥੇ ਹੀ ਬੈਠੇ ਆ, ਉਹਨਾਂ ਦੀ ਤਰਫੋਂ ਸੀ। ਉਹ ਮੈਂ ਜਨਾਜ਼ੇ ਦੀ ਬਾਤ ਕਿਉਂਕਿ ਹੁੰਦੀ ਸੀ, ਜਨਾਜ਼ੇ ਦੀਆਂ ਤਕਬੀਰਾਂ, ਕਿਉਂਕਿ ਆਮ ਤੌਰ 'ਤੇ ਅਸੀਂ ਚਾਰ ਜਾਣੇ, ਜੇ ਕੋਈ ਸ਼ੀਆ ਰਾਤ ਨਾਲ ਪੜ੍ਹਦਾ ਪੰਜ ਆਉਂਦੇ ਅਤੇ ਪੰਜਾਂ 'ਤੇ ਵੀ ਗੱਲ ਮੁੱਕਦੀ ਨਹੀਂ। ਇਸ ਤੋਂ ਬਹੁਤ ਵੀ ਕਈਆਂ ਸਾਬਾ ਕਰਾਮ ਨੇ ਦੀਨ 'ਚ ਆਉਂਦੀਆਂ, ਕੋਈ ਗੱਲ ਸਿਰਫ ਇਲਮ ਨਹੀਂ। ਅਤੇ ਨਾਲ ਸਾਡੇ ਮੌਲੀ ਹਜ਼ਰਾਤ ਨੇ ਮਸ਼ਹੂਰ ਕਰਤਾ ਵੀ ਹਜ਼ਰਤ ਉਮਰ ਅਜ਼ੀਮ ਦੇ ਜ਼ਮਾਨੇ 'ਚ ਆਪ ਨੇ ਫੈਸਲਾ ਕਰਤਾ ਸੀ ਵੀ ਸਾਰੀਆਂ ਹੁੰਦੀਆਂ ਨੇ, ਮਗਰ ਚਾਰ 'ਤੇ ਮੁਤਫਿਕ ਹੈ ਬਸ, ਉਦੋਂ ਬਾਅਦ ਬੰਦ ਹੋ ਗਿਆ। ਇਹਨੂੰ ਵੀ ਇਮਾਮ ਜਮਾਲਉਦੀਨ ਜ਼ੈਲੀ ਦੀ ਰਸਮ ਰਾਇਆ ਮੇਰੇ ਕੋਲ ਦੂਸਰੀ ਜਿਲਦ, ਇਹਨਾਂ ਆਖਿਆ ਕੋਈ ਇਹਨਾਂ 'ਚ ਰਵਾਇਤ ਸਹੀ ਨਹੀਂ ਵੀ ਹਜ਼ਰਤ ਉਮਰ ਨੇ ਮੁਕਾਤੀ ਸੀ ਗੱਲ, ਹੁਣ ਵੀ ਉੱਦਾਂ ਹੀ ਬਾਕੀ ਹੈ। ਔਰ ਇਸੇ ਤਰ੍ਹਾਂ ਇਬਨ ਹਜ਼ਮ ਲਿਖਦੇ ਆ, ਅਲਾਮਾ ਅਲਬਾਣੀ ਲਿਖਦੇ, ਚਾਰ ਤੋਂ ਲੈ ਕੇ ਸੱਤ ਤਕਬੀਰਾਂ ਤੱਕ ਜਿਹੜੀਆਂ ਹੁੰਦੀਆਂ ਨੇ। ਇਸ ਤੋਂ ਜਿਹੜੀਆਂ ਦੁਆਵਾਂ ਜ਼ਿਆਦਾ ਸੀ ਉਹ ਸਾਡੇ ਵਾਂਗੂ ਨਹੀਂ ਸੀ, ਜਿਵੇਂ ਅਸੀਂ ਐਲੋਜੀਸ ਕਰਦੇ ਹਾਂ ਵਿੱਚ ਹੀ ਇੱਕੇ ਤਕਬੀਰ ਤੋਂ ਬਾਅਦ ਲੱਗੇ, ਉਹ ਇਹੀ ਤਰੀਕਾ ਸੀ। ਅਤੇ ਤੀਸਰੀ ਤਕਬੀਰ ਕਈ ਦੁਆਵਾਂ, ਚੌਥੀ ਕਈ ਹੋਰ ਦੁਆ, ਪੰਜਵੀਂ ਕਈ ਹੋਰ ਦੁਆ, ਛੇਵੀਂ ਕਈ ਹੋਰ ਦੁਆ, ਜਿੰਨਾ ਜਿੰਨਾ ਕਿਸੇ ਦਾ ਉੱਚਾ ਮਰਤਬਾ ਹੁੰਦਾ ਸੀ ਉਹਨੀ ਉਦਰੀ ਦੁਆ। ਅਤੇ ਇਹਦੇ 'ਚ ਹਜ਼ਰਤ ਅਲੀ ਰਜ਼ੀ ਦਾ ਆਉਂਦਾ ਸੀ ਵੀ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਬਦਰੀ ਸਾਹਬਾ ਦਾ ਜਦੋਂ ਪੜ੍ਹਦੇ ਸੀ ਤਾਂ ਛੇ ਤਕਬੀਰਾਂ ਕਹਿੰਦੇ ਸੀ, ਔਰ ਜਦੋਂ ਆਮ ਸਾਹਬੀ ਕੋਈ ਹੁੰਦਾ ਪੰਜ ਕਹਿੰਦੇ ਸੀ, ਔਰ ਆਮ ਮੁਸਲਮਾਨ ਹੋਵੇ ਤਾਂ ਚਾਰ ਕਹਿੰਦੇ। ਇਹਦਾ ਵੀ ਹਵਾਲਾ ਦੇਣਾ ਜ਼ਰੂਰੀ ਹੈ। ਇਹ 269 ਸਫ਼ਾ ਔਰ ਇਹ ਜਿਹੜਾ ਹੈ ਨਾ ਇਸੇ 270 ਤੋਂ। ਵਾਮਾ ਮਾ ਰੋਵਿਆਨ ਅਲੀਨ ਅੰਨੁ ਸਰਲਾਬਾਦ ਅਦਾਲ ਕਲਾ ਸਾਹਿਬ ਨੇ ਹੁਣੈ ਸਿੱਤਨ ਫਰਿਆਨ ਕਾਨ ਬਦਰੀਅਨ ਵੱਲ ਬਦਰੀਓਨ ਯੁਜ਼ਾਦੋਨ ਫਿਸਬੀ। ਆਉਂਦੇ ਜਿਹੜੇ ਹਜ਼ਰਤ ਅਲੀ ਰਜ਼ੀ ਦੇ ਬਾਰੇ 'ਚ ਆਇਆ ਕਿ ਉਹਨਾਂ ਨੇ ਹਜ਼ਰਤ ਸਹਲ ਇਬਨ ਹੁਨੈਫ ਸਾਹਬੀ ਜਿਹੜੇ ਬਦਰੀ ਸੀ ਉਹਨਾਂ ਦਾ ਜਨਾਜ਼ਾ ਪੜਾਇਆ ਅਤੇ ਛੇ ਤਕਬੀਰਾਂ ਆਖੀ। ਤੋ ਇਸ ਪਾਰੋਂ ਕਿ ਬਦਰੀ ਸੀ ਔਰ ਬਦਰੀਆਂ ਦਾ ਬੜਾ ਇਜ਼ਾਜ਼ ਹੈ, ਹਜ਼ਰਤ ਜਬਰੀਲ ਅਲੈਹਿ ਸਲਾਮ ਉਤਰੇ ਅਤੇ ਆਖਿਆ ਯਾ ਰਸੂਲਾ ਤੁਹਾਡੇ ਵਿੱਚ ਜਿਹੜੇ ਬਦਰੀ ਕਿਵੇਂ? ਅਤੇ ਆਪਨੇ ਆਖਿਆ ਤੁਸੀਂ ਦੱਸ। ਉਹਨੇ ਆਖਿਆ ਸਾਡੇ ਜਿਹੜੇ ਸੀ ਨਾ ਫਰਿਸ਼ਤੇ ਹਜ਼ਾਰ ਉਤਰਿਆ, ਬੈਜ ਲਾ ਕੇ ਮੈਦਾਨੇ ਬਦਲ ਤੁਹਾਡੀ ਮਾਰ ਲਈ, ਅਸਮਾਨਾਂ 'ਚ ਉਹਨਾਂ ਦਾ ਚਰਚਾ, ਹੁਣ ਵੀ ਉਹਨਾਂ ਦੀ ਵਰਦੀਆਂ ਲੱਗੀਆਂ ਉਹਨਾਂ 'ਤੇ ਉਸ ਤਰ੍ਹਾਂ ਹੀ ਨਿਸ਼ਾਨ ਹੈ, ਉਹ ਆਲਾ ਤਰੀਨ ਬੰਦੇ ਗਿਣੇ ਜਾਂਦੇ। ਇਸ ਤੋਂ ਕਈ ਇਮਾਮਾ ਆਲਮਾਂ ਨੇ ਸਾਫ਼ ਲਿਖਿਆ ਕਿ ਅਬੂ ਬਕਰ ਉਮਰ ਉਸਮਾਨ ਹੋਈ ਜਿਹੜੇ ਇਹਨਾਂ 'ਚੋਂ ਕੌਣ ਵੱਡਾ ਹੈ, ਸਾਰੇ ਹਜ਼ੂਰ ਤੋਂ ਮੌਤ ਦੀ ਬਾਅਦ ਦੀਆਂ ਗੱਲਾਂ, ਜਿਹੜੇ ਆਪ ਵੀ ਜ਼ਿੰਦਗੀ ਸ਼ਹੀਦ ਹੋ ਗਏ ਉਹਨਾਂ ਸਾਰਿਆਂ ਤੋਂ ਆਲਾ, ਨਾ ਅਬੂ ਬਕਰ ਉਹਨਾਂ ਦੇ ਬਰਾਬਰ ਆ ਕੇ ਉਹ ਤਾਂ ਪਾਸ ਹੋ ਗਏ, ਆਪ ਦੇ ਸਾਹਮਣੇ ਗਵਾਹੀ ਦੇ ਗਏ। ਤੋ ਬਦਰੀ ਜੀਨ ਦਾ ਰਵਾ ਹੁਬਨ ਅਬੀ ਸਾਹਿਬਾ ਅਬਦੁਲ ਰਜ਼ਾਕ ਹੀ ਮੁਸੰਨਫ਼ ਹਮਾ حدثنا ابن عيان عن اسماعيل ابن ابي خالد عن الصحابي عن عبد الله بن مغفل ان علي صلى الله عليه وسلم ابن هنيف كبر على ستا ثم التفت الى نفقال بدر نماز جنازہ پڑھن تو بعد چھ تکبیرات پھر ساڈے منہ کر کے اپ نے کہا حضرت علی علیہ السلام نے کہ چونکہ بدری ہے اے دے اعزاز پروں
چھ ورواہ البخاری فی تاریخ حدثنا حجاج حدثنا ابو عوانہ بن یکسر بھی قال النووی فی الخراسان